आ चोरां दी अनोखी घटना ने लोकां दियां हसा हसा वखियां करतियां अंदर। चोर बड़े दलेर बन के आए सी चोरी करन, पर उन्हां नाल ही हो गया अजिहा कारा कि भज्जण नूं ना लभिया रा। लगे अजिहे कन्नां नूं हथ, ਇਹ ਤਾਂ ਨਹੀਂ ਕਰਦੇ ਮੁੜ ਕੇ ਚੋਰੀ। ਜੀ ਹਾਂ, ਮਾਮਲਾ ਗੁਰਦਾਸਪੁਰ ਦੇ ਕਾਦੀਆਂ ਦੇ ਸਰਕਾਰੀ ਹਸਪਤਾਲ ਦਾ, ਜਿੱਥੇ ਚੋਰ ਏਸੀ ਦਾ ਕੰਪਰੈਸਰ ਚੋਰੀ ਕਰਨ ਆਏ, ਪਰ ਉੱਥੇ ਖੜ੍ਹੇ ਆਵਾਰਾ ਕੁੱਤੇ ਉਹਨਾਂ ਨੂੰ ਅਜਿਹੇ ਭਾਰੀ ਪੈ ਗਏ ਕਿ ਚੋਰ ਕੰਪਰੈਸਰ ਛੱਡ ਕੇ ਫਰਾਰ ਹੋ ਗਏ। ਘਟਨਾ ਦੀ ਜਾਣਕਾਰੀ ਦਿੰਦੇ ਹੋਏ ਸਰਕਾਰੀ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਸਤਿੰਦਰ ਸਿੰਘ ਨੇ ਕਿਹਾ ਕਿ ਗੁਰਦਾਸਪੁਰ ਦੇ ਹਲਕਾ ਕਾਦੀਆਂ ਦੇ ਵਿੱਚ ਸਰਕਾਰੀ ਹਸਪਤਾਲ ਦੇ ਵਿੱਚ ਚੋਰ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਆਏ ਸੀ, ਪਰ ਹਸਪਤਾਲ ਦੇ ਬਾਹਰ ਬੈਠੇ ਆਵਾਰਾ ਕੁੱਤਿਆਂ ਨੇ ਉਹਨਾਂ ਨੂੰ ਦੇਖ ਕੇ ਭੌਂਕਣਾ ਸ਼ੁਰੂ ਕਰ ਦਿੱਤਾ ਹੈ ਤੇ ਡਰਦੇ ਮਾਰੇ ਚੋਰ ਉੱਥੋਂ ਫਰਾਰ ਹੋ ਗਏ। ਰਾਤ ਨੂੰ ਸਾਡੇ ਮੇਰੇ ਐਸਐਮਓ ਵਾਲੇ ਰੂਮ ਦੇ ਬਾਹਰੋਂ ਕੁਛ ਅਣਪਛਾਤੇ ਲੋਕਾਂ ਨੇ, ਚੋਰ ਕਹਿ ਲਓ, ਉਹਨਾਂ ਨੇ ਗ੍ਰਿਲ ਲਗਾ ਉਤਾਰ ਲਈ ਅਤੇ ਸਾਡੇ ਨਾਲ ਦੇ ਰੂਮ ਜਿਹੜਾ ਹੈਗਾ ਮੈਡੀਕਲ ਅਫਸਰ ਦਾ, ਉਹਨਾਂ ਨੇ ਰੂਮ ਦੇ ਬਾਹਰ ਏਸੀ ਦਾ ਕੰਪਰੈਸਰ ਉਤਾਰ ਲਿਆ ਅਤੇ ਸਾਡੇ ਨਾਈਟ ਡਿਊਟੀ ਦੇ ਸਟਾਫ ਜਿਹੜੇ ਮੈਂਬਰ ਸੀਗੇ ਉਹਨਾਂ ਨੇ ਰੌਲਾ ਪਾਇਆ ਅਤੇ ਉਹਨਾਂ ਦੇ ਹਸਬੈਂਡ ਵੀ ਬਾਹਰ ਆ ਗਏ ਆਪਣੇ ਘਰੋਂ ਨਿਕਲ ਕੇ। ਉਹਨਾਂ ਨੇ ਥੋੜ੍ਹਾ ਰੌਲਾ ਪਾਉਣ ਅਤੇ ਚੋਰ ਜਿਹੜੇ ਸੀ ਸਮਾਨ ਛੱਡ ਕੇ ਭੱਜ ਗਏ। ਗ੍ਰਿਲ ਨੂੰ ਤਾਂ ਇੱਧਰ ਹੀ ਸੁੱਟ ਗਏ ਬਾਹਰ, ਅਤੇ ਜਿਹੜਾ ਕੰਪਰੈਸਰ ਸੀਗਾ ਉਹਨੂੰ ਜਿਹੜੀ ਚਾਰ ਦੀਵਾਰੀ ਉਹਦੇ ਬਾਹਰ ਸੁੱਟ ਗਏ। ਜਦੋਂ ਬਾਅਦ ਸਾਡੇ ਹੋਰ ਪੁਲਿਸ ਨੂੰ ਇਨਫੋਰਮ ਕੀਤਾ ਗਿਆ, ਪੁਲਿਸ ਮੁਲਾਜ਼ਮ ਆ ਗਏ ਅਤੇ ਜਿਹੜਾ ਏਸੀ ਦਾ ਕੰਪਰੈਸਰ ਸੀਗਾ ਉਹਨੂੰ ਚੱਕ ਕੇ ਆਪਾਂ ਆਪਣੇ ਕਸਟੱਡੀ ਵਿੱਚ ਕੀਤਾ। ਹੋਸਪਿਟਲ ਦਾ ਜਿਹੜੀ ਬਿਲਡਿੰਗ ਹੈ ਕਾਫੀ ਵੱਡੀ ਹੈ, ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਹਾਂ ਇੱਥੇ CCTV ਕੈਮਰੇ ਲਗਾਏ ਜਾਣ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਜਿਹੜਾ ਹੈਗਾ ਜੀ ਹੋਸਪਿਟਲ ਦੀ ਇਮਾਰਤ ਦੀ ਸੇਫਟੀ ਰਹੇ ਅਤੇ ਇੱਦਾਂ ਦੇ ਅਨਸਰ ਦੁਬਾਰਾ ਇੱਦਾਂ ਦੀ ਹਰਕਤ ਨਾ ਕਰ ਸਕਣ। ਅਸੀਂ SHO ਨੂੰ ਅੱਗੇ ਵੀ ਲਿਖ ਕੇ ਦਿੱਤਾ ਹੋਇਆ ਵੀ ਇੱਥੇ ਜਿਹੜਾ ਆਪਣਾ ਤੁਸੀਂ ਜਦੋਂ ਰਾਊਂਡ ਮਾਰਦੇ ਹੋ ਤਾਂ ਸਾਡੇ ਹੋਸਪਿਟਲ ਦੇ ਰਾਊਂਡ ਵਧਾਏ ਜਾਣ, ਅਤੇ ਅਸੀਂ ਸਰਕਾਰ ਤੋਂ ਇਹ ਵੀ ਮੰਗ ਕਰਦੇ ਹਾਂ ਕੋਈ ਇੱਥੇ ਹੋਸਪਿਟਲ ਦੇ ਲਾਗੇ ਜਾਂ ਅੰਦਰਲੀ ਸਾਈਡ ਦੇ ਕੋਈ ਪੁਲਿਸ ਦੇ ਮੈਂਬਰ ਮੁਲਾਜ਼ਮ ਡਿਪਿਊਟ ਕੀਤੇ ਜਾਣ ਜਿਹੜੇ ਤਾਂ ਕਿ ਸਰਕਾਰੀ ਪ੍ਰੋਪਰਟੀ ਨੂੰ ਕੋਈ ਨੁਕਸਾਨ ਨਾ ਪਹੁੰਚਾ ਸਕੇ ਔਰ ਕੋਈ ਅਨਸਰ ਇੱਦਾਂ ਸ਼ਰਾਰਤ ਨਾ ਕਰ ਸਕੇ ਦੁਬਾਰਾ। ਉੱਥੇ ਹੀ ਰੌਲਾ ਰੱਪਾ ਸੁਣ ਕੇ ਚੌਂਕੀਦਾਰ ਵੀ ਮੌਕੇ 'ਤੇ ਪਹੁੰਚਿਆ ਤਾਂ ਦੇਖਿਆ ਕਿ ਚੋਰ ਉਦੋਂ ਤੱਕ ਫਰਾਰ ਹੋ ਗਏ ਸੀ ਅਤੇ ਏਸੀ ਦਾ ਕੰਪਰੈਸਰ ਉੱਥੇ ਹੀ ਛੱਡ ਗਏ। ਉੱਥੇ 2 ਵਜੇ ਦੇ ਕਰੀਬ 3 ਕੁ ਚੋਰ ਆਏ ਇੱਥੇ ਅਤੇ ਲਾਈਟ ਗਈ ਹੋਈ ਸੀ ਅਤੇ ਬਾਰਿਸ਼ ਹੋਣ ਲਈ ਅਤੇ ਪਿੱਛੋਂ ਉਹਨਾਂ ਨੇ SMO ਸਾਹਿਬ ਦੇ ਪਿੱਛੋਂ ਜੰਗਲਾ ਸੀ ਏਸੀ ਦਾ ਉਹ ਤੋੜਿਆ ਪਹਿਲਾਂ ਅਤੇ ਉਹ ਤੋੜਨ ਤੋਂ ਬਾਅਦ ਇੱਕ ਕੰਪਰੈਸ਼ਰ ਸੀ ਉਹ ਚੋਰੀ ਕਰ ਰਹੇ ਅਤੇ ਤੀਸਰਾ ਕੰਪਰੈਸ਼ਰ ਵੀ ਖੋਲ੍ਹਣ ਨੂੰ ਫਿਰਨ ਡੇ ਸੀ ਅਤੇ ਉਹਦੇ ਦੌਰਾਨ ਕੁੱਤੇ ਸਾਡੇ ਨੇ ਬਹੁਤ ਭੌਂਕਣਾ ਸ਼ੁਰੂ ਕਰ ਦਿੱਤਾ ਅਤੇ ਇਹ ਦੇਖ ਕੇ ਤਾਂ ਮੈਂ ਫਿਰ ਦਰਵਾਜ਼ਾ ਖੋਲ੍ਹ ਕੇ ਬਾਹਰ ਗਿਆ ਵਾਂ। ਜਦੋਂ ਬਾਹਰ ਗਿਆ ਤਾਂ ਫਿਰ 2 ਜਣੇ ਪਹਿਲਾਂ ਹੀ ਭੱਜ ਗਏ ਅਤੇ ਜਿਹੜੇ ਤੀਸਰੇ ਬੰਦੇ ਨੇ ਕੰਪਰੈਸ਼ਰ ਚੁੱਕਿਆ ਸੀ ਉਹ ਕੰਪਰੈਸ਼ਰ ਸੁੱਟ ਕੇ ਪੈਲੀ ਦੇ ਵਿੱਚ ਅਤੇ ਭੱਜ ਗਏ ਆ ਅਤੇ ਲੋਈ ਵੀ ਉਹਨਾਂ ਦੀ ਇੱਥੇ ਪਈ ਹੋਈ ਹੈ ਇੱਕ ਅਤੇ ਉਹਦੇ ਬਾਅਦ ਫਿਰ ਅਸੀਂ ਪੁਲਿਸ ਨੂੰ ਇਤਲਾਹ ਕੀਤੀ ਆ ਫਿਰ ਉਹਦੇ ਬਾਅਦ ਪੁਲਿਸ ਆਈ ਅਤੇ ਫਿਰ ਕੰਪਰੈਸ਼ਰ ਅਸੀਂ ਅੰਦਰ ਲਿਆਂਦਾ ਹੋਸਪਿਟਲ ਦੇ। AC ਵੀ ਚੋਰੀ ਹੋ ਸਕਦਾ ਇਹ ਕੰਪਰੈਸ਼ਰ ਤਾਂ ਪਹਿਲਾਂ ਹੀ ਉਹ ਲਾ ਕੇ ਲੈ ਗਏ ਸੀ ਇੱਕ ਅਤੇ ਦੂਸਰਾ ਵੀ ਲਾਉਣ ਨੂੰ ਫਿਰਨ ਡੇ ਸੀ। ਹੁਣ ਇਹੋ ਹੀ ਮੰਗ ਆ ਕਿ ਜਾਂ ਤਾਂ ਇੱਥੇ ਪੁਲਿਸ ਰਾਤ ਵਾਸਤੇ ਤੈਨਾਤ ਕੀਤੀ ਜਾਵੇ ਅਤੇ ਜਾਂ ਕੋਈ ਚੌਂਕੀਦਾਰ ਸਾਨੂੰ ਸਰਕਾਰੀ ਵੀ ਦਿੱਤਾ ਜਾਏ ਕਿ ਜਿਹਦੇ ਨਾਲ ਇਹ ਚੀਜ਼ ਨੂੰ ਰੋਕਿਆ ਜਾ ਸਕੇ। ਚੋਰ ਹੀ ਲੱਗਦੇ ਸੀ ਜਾਂ ਅਮਲੀ ਵੀ ਨਹੀਂ ਕਹਿ ਸਕਦੇ ਹਾਂ ਵੀ ਅਮਲੀਆਂ ਦਾ ਵੀ ਅੱਜ ਕੱਲ੍ਹ ਬਹੁਤ ਜਿਹੜਾ ਨਸ਼ਾ ਪੱਤਾ ਕਰਦੇ ਆ ਲੋਕ ਉਹ ਇਹ ਚੀਜ਼ਾਂ ਨੂੰ ਇਸ ਤਰ੍ਹਾਂ ਕਰਦੇ ਆ ਕਿ ਇੱਥੇ ਕੋਈ ਨਾ ਕੋਈ ਸਰਕਾਰੀ ਕਰਮਚਾਰੀ ਦਿੱਤਾ ਜਾਏ ਜਾਂ ਕੋਈ ਸਰਕਾਰ ਵੱਲੋਂ ਕੋਈ ਸਹੂਲਤ ਦਿੱਤੀ ਜਾਏ। ਇਹ ਹੋਸਪਿਟਲ ਦੇ ਵਿੱਚ ਹੀ ਰਹਿੰਦੇ ਹਾਂ ਔਰ ਮੇਰੀ ਮਿਸਿਜ ਵੀ ਸਟਾਫ ਨਰਸ ਆ ਇੱਥੇ, ਮੈਂ ਇੱਥੇ ਐਜ ਏ ਚੌਂਕੀਦਾਰ ਹਾਂ ਪ੍ਰਾਈਵੇਟ ਤੌਰ 'ਤੇ। ਕੁੱਤੇ ਨੇ ਬੜਾ ਸਾਥ ਦਿੱਤਾ ਕਿ ਚਲੋ ਕਿੰਨੇ ਕੁੱਤੇ ਰੱਖੇ ਸੀ? ਤਿੰਨ ਕੁ ਕੁੱਤੇ ਹੈਗੇ ਪਰ ਇਹ ਜਿਹੜਾ ਮੇਨ ਕੁੱਤਾ ਸੀ ਇਹੀ ਜ਼ਿਆਦਾ ਉਹਨਾਂ ਦੇ ਪਿੱਛੇ ਪਿਆ ਸੀ। ਦੇਖਿਆ ਜਾਵੇ ਤਾਂ ਚੋਰ ਜਿੱਥੇ ਬੇਖੌਫ ਹੋ ਕੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਨੇ, ਪਰ ਉੱਥੇ ਬੇਜ਼ੁਬਾਨ ਜਾਨਵਰ ਤੋਂ ਡਰੇ ਚੋਰਾਂ ਨੂੰ ਭਾਜੜਾਂ ਪੈ ਗਈਆਂ। ਹਕੀਕਤ TV ਪੰਜਾਬੀ ਲਈ ਗੁਰਦਾਸਪੁਰ ਤੋਂ ਅਵਤਾਰ ਸਿੰਘ ਦੀ ਰਿਪੋਰਟ।